ਤੁਰ ਨਹੀਂ ਸਕਦੀ ਮੈਂ ਖਲੋ ਵੀ ਨਹੀਂ ਸਕਦੀ ਇੰਨੀ ਦੇਰ ਜਿਹੜੀ ਤੁਰੀ ਆ ਇੰਨਾ ਕੁ ਵੀ ਨਹੀਂ ਤੁਰ ਸਕਦੀ ਮੈਂ ਤਾਂ ਮੇਰੀ ਲੱਤ ਟੁੱਟੀ ਆ ਮੇਰੇ ਤੋਂ ਚੱਲ ਵੀ ਨਹੀਂ ਜਾਂਦਾ ਹੈ ਜੇ ਪਤਾ ਰਹਤਾ ਤਾਂ ਮੈਂ ਰਾਜਪੁਰਾ ਨਹੀਂ ਛੋੜਦੀ चंडीगढ़ नैशनल हाईवे जाम किया गया। तुसी देख सकते हो पिछे तक वाहनों दी लंबिया कतारा ने 2-3 किलोमीटर का लंबा जाम है पटियाले तक पिंड दौण कलां तो इहदा खमियाजा उन्हां लोकां नूं भुगतना पै रहा जिन्हां नूं बसां दे विचों उतार दिता गया। तुसी देखो कि छोटे छोटे बच्चे ते इक बजुर्ग समान लैके पैदल तुरे जा रहे ने बस स्टैंड तक जिहड़ा कि इत्थों लगभग 5 किलोमीटर दूर है। बजुर्ग माता ने गे चल भी नहीं सकते मुश्किल आ रही है उन्हां नाल गल कर लैंदे आ। माता जी कित्थों आए हो तुसी? मैं संगरूर दी आ जी चंडीगढ़ तो आई हाँ हूँ संगरूर जाना सी संगरूर दी बस च बैठे हाँ फिर ओडा घंटा हो गया इत्थे बैठिया नू उडीक करदिया नू उतारता बस चो थानू? हाँ जी उतारता। वो कहंदा फिर शाम ताईं ना चले तुसी बैठे रहोगे इत्थे फिर ਤੁਸੀਂ ਆਪਣਾ ਹੋਰ ਕੋਈ ਸਾਧਨ ਲੈ ਲਓ। ਤੁਸੀਂ ਸਟਿੱਕ ਲੈ ਕੇ ਚੱਲ ਰਹੇ ਹੋ ਕੋਈ ਪੈਦਲ ਪ੍ਰੋਬਲਮ ਹੈ ਜਾਂ ਚ ਤੁਹਾਨੂੰ? ਹਾਂਜੀ 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 ਤੁਰ ਨਹੀਂ ਸਕਦੀ ਮੈਂ ਖਲੋ ਵੀ ਨਹੀਂ ਸਕਦੀ ਇੰਨੀ ਦੇਰ ਜਿਹੜੀ ਤੁਰੀ ਆ ਇੰਨਾ ਕੁ ਵੀ ਨਹੀਂ ਤੁਰ ਸਕਦੀ ਮੈਂ ਤਾਂ ਮਸਾਂ ਹੀ ਆਈ ਆ ਇੱਥੋਂ ਤੱਕ ਬਸ। ਹਾਂ ਅਸੋ ਤੁਸੀਂ ਦੇਖ ਲਓ ਕਿ ਬਜ਼ੁਰਗ ਮਾਤਾ ਨੇ ਜਿਹੜੇ ਤੇ ਹੋਰ ਯਾਤਰੀ ਨੇ ਉਹ ਵੀ ਪੈਦਲ ਆ ਰਹੇ ਨੇ ਤੇ ਇੱਧਰ ਵੀ ਖੜੇ ਨੇਗੇ ਜਿਨ੍ਹਾਂ ਨੂੰ ਬੱਸਾਂ ਦੇ ਵਿੱਚੋਂ ਉਤਾਰ ਦਿੱਤਾ ਗਿਆ। ਕਿਸੇ ਨੇ ਸਮਾਣੇ ਜਾਣਾ ਸੀ ਕਿਸੇ ਨੇ ਪਟਿਆਲੇ ਤੋਂ ਅੱਗੇ ਜਾਣਾ ਸੀਗਾ। ਭੈਣ ਜੀ ਤੁਸੀਂ ਕਿੱਥੇ ਜਾਣਾ ਸੀਗਾ? ਅਸੀਂ ਜੀ ਸਮਾਣੇ ਵਾਲੀ ਬੱਸ ਜਾਣਾ ਲਗੜੋ ਉੱਥੇ ਤਾਰਤਾ ਜੀ ਕਹਿੰਦੇ ਵੀ 4 ਵਜੇ ਤੱਕ ਧਰਨਾ ਹੈ। ਹੁਣ ਜੀ ਤੁਰ ਕੇ ਆ ਰਹੇ ਹਾਂ ਦੇਖੋ ਕਦੋਂ ਪਹੁੰਚਾਂਗੇ ਘਰੇ। ਬਹੁਤ ਮੁਸ਼ਕਲ ਹੈ ਜੀ ਸਾਡਾ ਝੋਨਾ ਨਹੀਂ ਵਿਕਰਿਆ ਫਿਰ ਹੁਣ ਇਹ ਵੀ ਕੀ ਕਰਨ ਵਿਚਾਰੇ ਸਾਡੇ ਖੇਤਾਂ 'ਚ ਰੁਲ ਰਹੀ ਹੈ ਅਸੀਂ ਵੀ ਪਰੇਸ਼ਾਨ ਹਾਂ ਸਾਡੇ ਪਰ ਬੱਚੇ ਵੀ ਪਰੇਸ਼ਾਨ ਨੇ। ਬਿਲਕੁਲ ਕਹਿੰਦੇ ਇਹ ਕਹਿੰਦੇ ਕਿਸਾਨਾਂ ਦੀ ਆਪਣੀ ਮਜਬੂਰੀ ਹੈ ਕਿਉਂਕਿ ਝੋਨਾ ਨਹੀਂ ਵਿਕ ਰਿਹਾ। ਤੁਸੀਂ ਦੇਖੋ ਕਿ ਇਹ ਭੈਣ ਜੀ ਰਾਜਪੁਰੇ ਤੋਂ ਕਹਿੰਦੇ ਆਇਆ ਨਾਲ ਇੱਕ ਬੱਚਾ ਉਹਨੇ ਵੀ ਸਮਾਨ ਚੱਕਿਆ ਹੋਇਆ। ਬੀਬੀ ਕਿੱਥੇ ਜਾਣਾ ਸੀ ਅੱਗੇ? ਸਮਾਨੇ ਜਾਣਾ ਹੈ ਤੇ ਹੁਣ ਪੈਦਲ ਜਾ ਰਹੇ ਹੋ? ਪਟਿਆਲਾ ਸੇ ਕੁਛ ਮਿਲ ਜਾਏਗਾ ਤਾਂ ਜਾਣਗੇ। ਉਹ ਯਾਨੀ ਕਿ ਉੱਥੇ ਤੱਕ ਪੈਦਲ ਜਾਓਗੇ? ਤਾਂ ਦੇਖੋ ਹੁਣ ਕਿਆ ਕਰੀਏ ਮੁਸ਼ਕਿਲ ਆ ਰਹੀ ਹੈ ਬਹੁਤ ਮੁਸ਼ਕਿਲ ਆ ਤਾਂ ਮੇਰੇ ਲੱਤ ਟੁੱਟੀ ਆ ਮੇਰੇ ਤੇ ਚੱਲ ਵੀ ਨਹੀਂ ਜਾਂਦਾ ਹੈ ਜੇ ਪਤਾ ਰਹਤਾ ਤਾਂ ਮੈਂ ਰਾਜਪੁਰਾ ਨਹੀਂ ਛੋੜਤੀ। ਔਰ ਹੁਣ ਤੁਰਿਆ ਨਹੀਂ ਜਾ ਰਿਹਾ? ਤੁਰਿਆ ਨਹੀਂ ਜਾ ਰਿਹਾ ਮੇਰੇ ਪੈਦਲ ਜਾਣ ਕਰਕੇ ਮੁਸ਼ਕਿਲ ਆ ਰਹੀ ਹੈ। ਔਰ ਐਸੋ ਤੁਸੀਂ ਦੇਖੋ ਕਿ ਹਰ ਇੱਕ ਯਾਤਰੀ ਦੀ ਆਪਣੀ ਆਪਣੀ ਮੁਸ਼ਕਿਲ ਹੈਗੀ। ਇਹ ਜਿਹੜੇ ਬਜ਼ੁਰਗ ਨੇਗੇ ਉਹ ਕਹਿੰਦੇ ਜੀ ਮੇਰੀ ਲੱਤ ਟੁੱਟੀ ਹੈ ਤੇ ਇੱਕ ਹੋਰ ਲੜਕੀ ਹੈ ਸਾਡੇ ਨਾਲ ਉਹ ਵੀ ਆਪਦਾ ਸਮਾਨ ਲੈ ਕੇ ਪੈਦਲ ਜਾ ਰਹੀ ਹੈ। ਬੇਟੇ ਕਿੱਥੋਂ ਆਏ ਹੋ ਤੁਸੀਂ? ਮੈਂ ਰੱਤੇਖੇੜੇ ਤੋਂ ਉਧਰ ਬਲਾਡੇ ਸਾਈਡ ਤੋਂ ਆਈ ਸੀ ਜੀ। ਰੱਤਾਖੇੜਾ ਉਧਰ ਸਨਾਮ ਸਾਈਡ ਤੋਂ। ਤੇ ਹੁਣ ਤੁਹਾਨੂੰ ਬੱਸ 'ਚ ਉਤਾਰਤਾ? ਬੱਸ ਵਾਲੇ ਕਹਿੰਦੇ ਵੀ ਆਟੋ ਲੈ ਕੇ ਚਲੇ ਜਾਓ। ਪਹਿਲਾਂ ਆਟੋ 'ਚ ਬੱਸ 'ਚ ਕਿਰਾਇਆ ਦਿੱਤਾ ਹੁਣ 70-70 ਆਟੋ ਵਾਲਾ ਮੰਗ ਰਿਹਾ ਰਾਜਪੁਰੇ ਤੱਕ। ਜਾਣਾ ਵੀ ਮੋਹਾਲੀ ਤੱਕ ਹੈ। ਅੱਗੇ ਦੀ ਅੱਗੇ ਫਿਰ ਦਿੱਕਤ ਆਉਂਦੀ। ਡਿਊਟੀ ਕਰਨੀ ਸੀ ਜਾ ਕੇ 2 ਵਜੇ ਡਿਊਟੀ ਹੈ ਮੇਰੀ। ਤੇ ਤਾਂ ਪਰੇਸ਼ਾਨੀ ਹੋ ਰਹੀ ਹੈ ਹੁਣ? ਬਹੁਤ ਜ਼ਿਆਦਾ ਹੋ ਰਹੀ ਹੈ। ਡਿਊਟੀ ਡਬਲ ਦਿਨ ਕੱਟਿਆ ਗਿਆ ਪੈਸੇ ਜਿਹੜੇ ਇੰਨੇ ਕੱਟੇ ਜਾਣਗੇ ਔਰ ਪਰੇਸ਼ਾਨ ਇੰਨਾ ਕੀਤਾ ਪਿਆ ਇਹਨਾਂ ਨੇ ਸਾਰਿਆਂ ਨੇ। ਬਿਲਕੁਲ ਤੁਸੀਂ ਦੇਖੋ ਕਿ ਇਹ ਜਿਹੜੀ ਲੜਕੀ ਹੈ ਇਹਨੇ ਆਪਣੀ ਜੌਬ ਦੇ ਉੱਪਰ ਜਾਣਾ ਸੀ ਤੇ ਦੂਜੇ ਪਾਸੇ ਤੁਸੀਂ ਦੇਖੋ ਕਿ ਪਿੱਛੇ ਜਿੰਨੀਆਂ ਬੱਸਾਂ ਨੇ ਜਿਹੜੀ ਰਾਜਪੁਰਾ ਚੰਡੀਗੜ੍ਹ ਤੱਕ ਬੱਸ ਨੇ ਜਾਣਾ ਸੀ ਉਹਨੂੰ ਇੱਥੇ ਰੋਕ ਦਿੱਤਾ ਗਿਆ। ਬਹੁਤੇ ਜਿਹੜੇ ਯਾਤਰੀ ਨੇ ਸਾਈਡ ਤੇ ਚਲੇ ਗਏ ਨੇ ਜਾਂ ਵਾਪਸ ਪਟਿਆਲੇ ਚਲੇ ਗਏ ਨੇ। ਇੱਧਰ ਵੀ ਜਿਹੜੇ ਵਾਹਨ ਨੇ ਖੜੇ ਨੇ ਮੇਰੇ ਨਾਲ ਇੱਕ ਗੱਡੀ 'ਚ ਜਾ ਰਹੇ ਨੇ। ਸਰ ਕਿੱਥੇ ਜਾਣਾ ਸੀ ਤੁਸੀਂ? ਮੋਹਾਲੀ ਜਾਣਾ ਸੀ। ਮੋਹਾਲੀ ਜਾਣਾ ਸੀ? ਹਾਂਜੀ ਸਰ। ਕਿੰਨੇ ਟਾਈਮ ਤੋਂ ਖੜੇ ਹੋ? ਕਿੰਨੀ ਕੁ ਪਰੇਸ਼ਾਨੀ ਆ ਰਹੀ? 1 ਘੰਟਾ ਹੋ ਗਿਆ। ਪਰੇਸ਼ਾਨੀ ਹੈ ਜਦੋਂ ਵੀ ਤੁਸੀਂ ਪੰਜਾਬ ਚਾਹੁੰਦੇ ਹੋ ਪਰੇਸ਼ਾਨੀ ਤੋਂ ਇਲਾਵਾ ਕੱਖ ਨਹੀਂ। ਜਦੋਂ ਵੀ ਪੰਜਾਬ ਚਾਹੁੰਦੇ ਹੋ ਕਦੇ ਉੱਥੇ ਤਰਨਾ ਕਦੇ ਉੱਥੇ ਤਰਨਾ ਕਦੇ ਉੱਥੇ ਤਰਨਾ। ਪੰਜਾਬ 'ਚ ਹੀ ਕੁਛ ਰਹਿ ਗਿਆ ਹੋਰ ਕੁਛ ਨਹੀਂ। ਐਸੋ ਤੁਸੀਂ ਦੇਖੋ ਕਿ ਜਿਹੜੇ ਗੱਡੀ ਦੇ ਵਿੱਚ ਜਾ ਰਹੇ ਸੀ ਮੋਹਾਲੀ ਉਹਨਾਂ ਨੇ ਕਿਹਾ ਕਿ ਜੀ ਜਦੋਂ ਵੀ ਕਦੇ ਹਰਿਆਣਾ ਸਾਈਡ ਤੋਂ ਅਸੀਂ ਇੱਥੇ ਆਉਂਦੇ ਹਾਂ ਤਾਂ ਧਰਨਾ ਜਾਂ ਰੋਡ ਜਾਮ ਕੀਤਾ ਹੁੰਦਾ ਜਿਸ ਕਰਕੇ ਜਿਹੜਾ ਆਮ ਆਦਮੀ ਹੈ ਉਹਦੀ ਖੱਜਲ ਖੁਆਰੀ ਹੁੰਦੀ ਹੈ। ਅਤੇ ਉਹਦਾ ਇੱਕ ਹੋਰ ਉਦਾਹਰਣ ਅੱਜ ਪਟਿਆਲਾ ਚੰਡੀਗੜ੍ਹ ਮਾਰਗ ਦੇ ਉੱਪਰ ਵੀ ਦੇਖਣ ਨੂੰ ਮਿਲ ਰਿਹਾ ਜਿੱਥੇ ਕਿ ਕਿਸਾਨਾਂ ਦੇ ਵੱਲੋਂ ਝੋਨੇ ਦੀ ਖਰੀਦ ਨਾ ਹੋਣ ਦੇ ਰੋਸ ਵਜੋਂ ਨੈਸ਼ਨਲ ਹਾਈਵੇ ਨੂੰ ਬੰਦ ਕਰ ਦਿੱਤਾ ਗਿਆ। ਕਿਸਾਨਾਂ ਦੀ ਆਪਣੀ ਮਜਬੂਰੀ ਹੈ ਆਪਣਾ ਤਰਕ ਹੈ ਪਰ ਜਿਹੜੇ ਲੋਕਾਂ ਨੂੰ ਇਹ ਪਰੇਸ਼ਾਨੀ ਝੱਲਣੀ ਪੈਂਦੀ ਹੈ ਗੱਲ ਉਹਨਾਂ ਦੀ ਵੀ ਸੁਣੀ ਜਾਣੀ ਚਾਹੀਦੀ ਹੈ।